ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਸੋ ਫਾਈਨਲੀ ਮੈਂ ਤੁਹਾਡੇ ਲਈ ਇੱਕ ਨੋਟੀਫਿਕੇਸ਼ਨ ਅਪਡੇਟ ਲੈ ਕੇ ਆਇਆ ਹਾਂ ਜੋ ਕਿ 2024 ਦੀਆਂ ਵੈਕੈਂਸੀਜ਼ ਨੂੰ ਲੈ ਕੇ ਹੈ ਜੀ ਕੀ ਅਪਡੇਟ ਹੈ ਕਿਹੜੀ ਕਿਹੜੀ ਵੈਕੈਂਸੀਜ਼ ਦੇ ਲਈ ਅਪਡੇਟ ਰਹਿਣ ਵਾਲਾ ਹੈ ਪੂਰੀ ਜਾਣਕਾਰੀ ਮੈਂ ਅੱਜ ਇਸ ਵੀਡੀਓ 'ਚ ਤੁਹਾਨੂੰ ਦਵਾਂਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਚੈਨਲ ਤੇ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਇੱਥੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹਾਂ ਲੇਟੈਸਟ ਜਿੰਨੀਆਂ ਵੀ ਵੈਕੈਂਸੀਸ ਹੁੰਦੀਆਂ ਨੇ ਮੈਂ ਤੁਹਾਡੀ ਲੈ ਕੇ ਆਂਦਾ ਹੀ ਰਵਾਂਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੈਕੈਂਸੀਜ਼ ਦਾ ਅਪਡੇਟ ਚਾਹੀਦਾ ਹੈ ਤਾਂ ਤੁਸੀਂ ਸਾਨੂੰ ਸਾਡੇ ਕਮੈਂਟ ਬਾਕਸ ਜਾ ਕੇ ਦੱਸ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਵੀ ਕਰ ਸਕਦੇ ਹੋ ਜੀ ਪਲੱਸ ਲਿੰਕ ਤੁਹਾਨੂੰ ਸਾਰੇ ਡਿਸਕ੍ਰਿਪਸ਼ਨ ਚ ਮਿਲ ਜਾਣਗੇ ਸੋ ਜਰੂਰ ਚੈੱਕ ਕਰਕੇ ਅਪਲਾਈ ਕਰਿਓ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਵੇ ਤਾਂ ਜਰੂਰ ਕਮੈਂਟ ਬਾਕਸ ਕਮੈਂਟ ਕਰਕੇ ਲਿਖਿਓ ਤੇ ਹੁਣ ਮੈਂ ਚੱਲਦਾ ਹਾਂ ਅਪਡੇਟ ਦੇ ਉੱਪਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੀ ਇਹ ਜਿਹੜਾ ਅਪਡੇਟ ਹੈਗਾ 28000 ਪਲਸ ਵੈਕੈਂਸੀਜ਼ ਦੇ ਲਈ ਰਹਿਣ ਵਾਲਾ ਹੈ ਜੀ ਜੋ ਕਿ 2024 ਦੀ ਵੈਕੈਂਸੀਜ਼ ਲਈ ਰਹੇਗਾ ਇਸ ਦੇ ਵਿੱਚ ਕਿਹੜੇ ਕਿਹੜੇ ਡਿਪਾਰਟਮੈਂਟ ਨੇ ਜਿਨ੍ਹਾਂ ਲਈ ਵੈਕੈਂਸੀਜ਼ ਨੇ ਸਭ ਤੋਂ ਪਹਿਲਾਂ ਤਾਂ ਪੰਜਾਬ ਪੁਲਿਸ ਠੀਕ ਹੈ ਜੀ ਡਿਪਾਰਟਮੈਂਟ ਹੈ ਪਟਵਾਰੀ ਦੀਆਂ ਵੈਕੈਂਸੀਜ਼ ਦੇ ਲਈ ਹੈ ਔਰ 3 ਜਿਹੜਾ ਹੈ ਪੰਜਾਬ ਮੰਡੀ ਬੋਰਡ ਤੋਂ ਕਾਫੀ ਟਾਈਮ ਤੋਂ ਨੋਟੀਫਿਕੇਸ਼ਨ ਜਿਹੜਾ ਜੀ ਉਹ ਨਹੀਂ ਆਇਆ ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਵਿੱਚ ਪੀਪੀਐਸਸੀ ਪੀਐਸਪੀਸੀਐਲ ਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਜਿਹੜਾ ਕਿ ਠੀਕ ਹੈ ਨਹੀਂ ਮੈਡੀਕਲ ਡਿਪਾਰਟਮੈਂਟ ਹੈ ਤੇ ਹੋਰ ਵੀ ਵੇਕੇ ਵਿਭਾਗ ਨੇ ਜਿੰਨਾ ਵਿੱਚ ਵੇਕੈਂਸੀ ਜਿਹੜੀਆਂ ਨੇ ਉਹ ਪੈਂਡਿੰਗ ਚੱਲ ਰਹੀਆਂ ਨੇ ਜੋ ਕਿ 2024 ਦੇ ਵਿੱਚ ਆਣੀਆਂ ਨੇ ਇਹਦੇ ਵਿੱਚ ਅਗਰ ਮੈਂ ਕੁਆਲਿਫੀਕੇਸ਼ਨ ਦੀ ਗੱਲ ਕਰਾਂ ਤਾਂ ਹਰ ਤਰ੍ਹਾਂ ਦੀ ਵੇਕੈਂਸੀ 10ਵੀਂ ਪਲੱਸ ਆਈਟੀਆਈ ਵਾਲੇ ਕੈਂਡੀਡੇਟ ਲਈ ਪੀਐਸਪੀਸੀਐਲ ਚ ਰਹਿਣ ਗਿਆ ਉਸ ਤੋਂ ਬਾਅਦ ਗ੍ਰੈਜੂਏਸ਼ਨ ਵਾਲੇ ਕੈਂਡੀਡੇਟਸ ਦੇ ਲਈ ਰਹਿਣ ਗਿਆ ਪਲੱਸ ਇਸੇ ਦੇ ਨਾਲ ਜਿਹੜੇ BE BTech ਵਾਲੇ ਕੈਂਡੀਡੇਟ ਨੇ ਉਹਨਾਂ ਲਈ ਵੀ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਹੋਣੀਆਂ ਨੇ ਸੋ ਇਹਨਾਂ ਵੈਕੈਂਸੀਜ਼ ਨੂੰ ਨੇ ਆਣਾ ਹੈ ਠੀਕ ਹੈ ਜੀ ਔਰ ਉਹਦੇ ਲਈ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਰੱਖਣੀ ਹੈ ਇਹਦੀ ਤਿਆਰੀ ਅਗਰ ਤੁਸੀਂ ਕਰ ਰਹੇ ਹੋ ਕਿਸੇ ਵੀ ਗਵਰਨਮੈਂਟ ਜੌਬ ਦੀ ਤਾਂ ਉਹਦੇ ਲਈ ਸਿੰਪਲੀ ਤੁਸੀਂ ਜਿਹੜਾ ਹੈ ਜੀ ਲਿੰਕ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਦੇ ਦੇਵਾਂਗਾ ਤੁਸੀਂ ਚੈੱਕ ਕਰਕੇ ਉੱਥੇ ਅਪਲਾਈ ਜਿਹੜਾ ਹੈ ਉਹ ਕਰ ਲਿਓ ਜੀ ਬਾਕੀ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੁੰਦਾ ਹੈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਜਿਹੜੀ ਡਿਪਾਰਟਮੈਂਟ ਦੀ ਮੈਂ ਗੱਲ ਕਰ ਰਿਹਾ ਹ ਸੋ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੂਰੀ ਰੱਖਣੀ ਹੈ ਜੀ ਫਿਰ ਵੀ ਕੋਈ ਡਾਊਟ ਹੁੰਦਾ ਹੈ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਲਿਖਿਓ ਸਾਰੇ ਅਪਡੇਟਸ ਮੈਂ ਤੁਹਾਡੇ ਲਈ ਲੈ ਕੇ ਆਂਦਾ ਹੀ ਰਵਾਂਗਾ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ